ਪੁੱਜਾਂ। अठारह सौ उन्जा ईस्वी में अंग्रेजा ने पंजाब के सिख राज उत्ते कब्जा कर लिया। इस दे नाल ही पेशावर जो कि सिख राज का हिस्सा से अंग्रेजा के सीधे राज हेठ चला गया। पेशावर ते उस दे नाल लगते इलाके अफगान कबायली पठाना दे सी। इन्हां पठाना नू सिख सरदारा ने काबू विच रख्या होया सी, पर सिख राज दे खात्मे तो बाद इन्हां पठाना ने फिर अपना सिर चुक लिया सी। अंग्रेजा ने अपना मुकम्मल राज स्थापित करन लई इत्थे कई किले उसारे। इन्हां किल्यां विचों दो किले सी, फोर्ट लॉकहार्ट ते फोर्ट गुलिस्तान। इन्हां दोनों किल्यां दे विच सी एक सिग्नल पोस्ट जिहदा नाम सी सारागढ़ी। सो इस इलाके विच दो किले हन, एक दा नां है गुलिस्तान ते दूजे दा नां है लॉकहार्ट। ਅਤੇ ਇਹ ਦੋਨੋਂ ਕਿਲੇ 7-8 ਕਿਲੋਮੀਟਰ ਦੀ ਦੂਰੀ ਤੇ ਹਨ, ਪਹਾੜੀਆਂ ਦੇ ਉੱਤੇ ਬਣੇ ਹੋਏ ਹਨ, ਪਰ ਇੱਕ ਦੂਜੇ ਤੋਂ ਓਹਲੇ ਹਨ, ਇੱਕ ਦੂਜੇ ਤੋਂ ਦਿਖਾਈ ਨਹੀਂ ਦਿੰਦੇ। ਅਤੇ ਇਹਨਾਂ ਦੋਨਾਂ ਕਿਲਿਆਂ ਦੇ ਵਿਚਕਾਰ ਸੰਪਰਕ ਸਥਾਪਿਤ ਕਰਨ ਲਈ ਇੱਕ ਪੋਸਟ ਬਣੀ ਹੋਈ ਹੈ ਪਿੰਡ ਸਾਰਾਗੜੀ ਦੇ ਵਿੱਚ, ਛੋਟੀ ਜਿਹੀ ਆਰਮੀ ਦੀ ਪੋਸਟ ਹੈ। ਅਤੇ ਇਸ ਪੋਸਟ ਤੋਂ ਦੋਨਾਂ ਕਿਲਿਆਂ ਦੇ ਵਿਚਕਾਰ ਸੰਪਰਕ ਸਥਾਪਿਤ ਕੀਤਾ ਜਾਂਦਾ ਅਤੇ ਉੱਥੋਂ ਇਹ ਦੋਨੋਂ ਕਿਲੇ ਦਿਖਾਈ ਦਿੰਦੇ ਆ। ਇਹਨਾਂ ਦੋਨੋਂ ਕਿਲਿਆਂ ਤੋਂ ਔਰਕਜ਼ਾਈ ਏਜੰਸੀ ਜੋ ਕਿ ਔਰਕਜ਼ਾਈ ਪਠਾਨਾਂ ਦਾ ਇਲਾਕਾ ਸੀ ਤੇ ਨਿਗਰਾਨੀ ਰੱਖੀ ਜਾ ਸਕਦੀ ਸੀ। ਔਰਕਜ਼ਾਈ ਪਠਾਨ ਇਹਨਾਂ ਦੋਨੋਂ ਕਿਲਿਆਂ ਵਿੱਚੋਂ ਬ੍ਰਿਟਿਸ਼ ਫੌਜਾਂ ਨੂੰ ਭਜਾ ਦੇਣਾ ਚਾਹੁੰਦੇ ਸੀ ਤੇ ਇਸ ਕਾਰਜ ਵਿੱਚ ਉਹਨਾਂ ਦਾ ਸਾਥ ਦੇਣ ਲਈ ਅਫਰੀਦੀ ਪਠਾਨ ਵੀ ਤਿਆਰ ਸੀ। ਇਹਨਾਂ ਦੋਨਾਂ ਕਿਲਿਆਂ ਦੇ ਦਰਮਿਆਨ ਸੀ ਸਾਰਾਗੜੀ ਨਾਮ ਦੀ ਸਿਗਨਲ ਪੋਸਟ। ਫੋਰਟ ਲੋਕਹਾਰਟ ਤੋਂ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਕੇ ਸਿਗਨਲ ਸਾਰਾਗੜੀ ਵੱਲ ਭੇਜਿਆ ਜਾਂਦਾ ਅਤੇ ਸਾਰਾਗੜੀ ਤੋਂ ਅੱਗੇ ਉਹ ਸੁਨੇਹਾ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਕੇ ਫੋਰਟ ਗੁਲਿਸਤਾਨ ਨੂੰ ਭੇਜਿਆ ਜਾਂਦਾ ਸੀ। ਇਹ ਸੁਨੇਹਾ ਮੋਰਸ ਕੋਡ ਦੇ ਰੂਪ ਵਿੱਚ ਭੇਜਿਆ ਜਾਂਦਾ ਸੀ। ਪਠਾਨਾਂ ਨੇ ਇਹ ਪਲਾਨ ਬਣਾਇਆ ਕਿ ਫੋਰਟ ਗੁਲਿਸਤਾਨ 'ਤੇ ਕਬਜ਼ਾ ਕਰਨ ਲਈ ਸਭ ਤੋਂ ਪਹਿਲਾਂ ਦੋਨੋਂ ਕਿਲਿਆਂ ਦੇ ਵਿੱਚ ਦੇ ਕਮਿਊਨੀਕੇਸ਼ਨ ਨੂੰ ਖਤਮ ਕਰਨ ਲਈ ਸਾਰਾਗੜੀ 'ਤੇ ਹਮਲਾ ਕਰਕੇ ਉਹਨੂੰ ਨਿਸਤੋ ਨਾਬੂਦ ਕਰ ਦਿੱਤਾ ਜਾਵੇ। ਇਸ ਪਲਾਨ ਨੂੰ ਸਿਰੇ ਚੜਾਉਣ ਲਈ 10-15 ਹਜ਼ਾਰ ਦਾ ਪਠਾਨਾਂ ਦਾ ਲਸ਼ਕਰ ਸਾਰਾਗੜੀ ਵੱਲ ਵਧਿਆ। ਫੋਰਟ ਲੋਕਹਾਰਟ 'ਤੇ ਤੈਨਾਤ ਫੌਜਾਂ ਨੇ ਵੱਧਦੇ ਲਸ਼ਕਰ ਨੂੰ ਦੇਖ ਕੇ ਸਾਰਾਗੜੀ ਨੂੰ ਸਿਗਨਲ ਭੇਜਿਆ। ਵੱਧਦੇ ਲਸ਼ਕਰ ਨੂੰ ਵੇਖ ਕੇ ਸਾਰਾਗੜੀ ਦੀਆਂ ਫੌਜਾਂ ਚਕੰਨੀਆਂ ਹੋ ਗਈਆਂ ਅਤੇ ਉਹਨਾਂ ਨੇ ਮੋਰਚੇ ਲਾ ਲਏ। ਸਾਰਾਗੜੀ ਦੇ ਕਿਲੇ ਵਿੱਚ ਹਵਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 21 ਸਿੱਖ ਫੌਜੀ ਤੈਨਾਤ ਸਨ। ਹਵਲਦਾਰ ਈਸ਼ਰ ਸਿੰਘ ਅਤੇ ਉਹਨਾਂ ਦੇ ਜਵਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਹੋ ਸਕੇ ਉਹ ਵੱਧੇ ਲਸ਼ਕਰ ਨੂੰ ਸਾਰਾਗੜੀ ਵਿੱਚ ਰੋਕ ਕੇ ਰੱਖਣਗੇ ਤਾਂ ਕਿ ਬ੍ਰਿਟਿਸ਼ ਰਿਜ਼ਰਵ ਫੋਰਸ ਫੋਰਟ ਲੋਕਹਾਰਟ ਅਤੇ ਫੋਰਟ ਗੁਲਿਸਤਾਨ ਦੀ ਮਦਦ ਲਈ ਪਹੁੰਚ ਸਕੇ। ਅੱਗੇ ਵੱਧ ਰਹੇ ਪਠਾਨਾਂ ਦਾ ਸਵਾਗਤ ਸਿੱਖਾਂ ਨੇ ਗੋਲੀਆਂ ਦੀ ਬੁਛਾਰ ਨਾਲ ਕੀਤਾ। ਬੋਲੇ ਸੋਨੀਹਾਲ ਦੇ ਜੈਕਾਰਿਆਂ ਨਾਲ ਸਾਰਾਗੜੀ ਗੂੰਜ ਉੱਠੀ। ਪਠਾਨਾਂ ਦੇ ਦਿਲ ਕੰਬ ਗਏ। ਪਠਾਨਾਂ ਦਾ ਪਹਿਲਾ ਹਮਲਾ ਨਾਕਾਮਯਾਬ ਰਿਹਾ ਅਤੇ ਉਹਨਾਂ ਨੂੰ ਪਿੱਛੇ ਹਟਣਾ ਪਿਆ। ਇਸ ਤੋਂ ਬਾਅਦ ਅਫਗਾਨਾਂ ਨੇ ਲਗਾਤਾਰ ਕਈ ਹਮਲੇ ਕੀਤੇ ਪਰ ਉਹਨਾਂ ਦੇ ਹੱਥ ਨਾਕਾਮੀ ਹੀ ਲੱਗੀ। ਸਾਰਾਗੜੀ ਇੱਕ ਸਿਗਨਲ ਪੋਸਟ ਹੋਣ ਕਰਕੇ ਇੱਕ ਛੋਟਾ ਕਿਲਾ ਸੀ ਜਿਸ ਦੀਆਂ ਦੀਵਾਰਾਂ ਬਹੁਤੀਆਂ ਮਜ਼ਬੂਤ ਨਹੀਂ ਸਨ। ਪਠਾਨਾਂ ਦੀ ਬਹੁ ਗਿਣਤੀ ਹੋਣ ਕਾਰਨ ਉਹ ਕਿਲੇ ਵਿੱਚ ਦਾਖਲ ਹੋਣ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਪਠਾਨਾਂ ਅਤੇ ਸਿੱਖਾਂ ਦਾ ਸਿੱਧਾ ਟਾਕਰਾ ਹੋਇਆ। ਬਹਾਦਰੀ ਨਾਲ ਲੜਦੇ ਹੋਏ ਸਿੱਖਾਂ ਨੇ ਪਠਾਨਾਂ ਦੀਆਂ ਲਾਸ਼ਾਂ ਵਿਛਾਤੀਆਂ। ਆਖਰਕਾਰ ਗਿਣਤੀ ਆਪਣਾ ਖੇਲ ਵਿਖਾਈ ਗਈ। ਇੱਕ ਇੱਕ ਕਰਕੇ ਸਿੱਖ ਫੌਜੀ ਸ਼ਹੀਦ ਹੁੰਦੇ ਗਏ। ਆਖਰਕਾਰ ਪਠਾਨ ਸਾਰਾਗੜੀ ਜਿੱਤ ਗਏ, ਪਰ 21 ਸਿੱਖ ਸ਼ਹੀਦ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ। ਉਹਨਾਂ ਨੇ 15,000 ਅਫਗਾਨਾਂ ਨੂੰ ਇੱਕ ਪੂਰੇ ਦਿਨ ਲਈ ਸਾਰਾਗੜੀ ਵਿੱਚ ਰੋਕ ਕੇ ਰੱਖਿਆ, ਜਿਸ ਸਮੇਂ ਦੌਰਾਨ ਬ੍ਰਿਟਿਸ਼ ਰਿਜ਼ਰਵ ਫੋਰਸ ਫੋਰਟ ਲੋਕਹਾਰਟ ਅਤੇ ਗੁਲਿਸਤਾਨ ਨੂੰ ਬਚਾਉਣ ਲਈ ਉੱਥੇ ਪਹੁੰਚ ਗਈ। ਫੋਰਟ ਲੋਕਹਾਰਟ ਅਤੇ ਫੋਰਟ ਗੁਲਿਸਤਾਨ ਨੂੰ ਜਿੱਤਣ ਦਾ ਅਫਗਾਨਾਂ ਦਾ ਸੁਪਨਾ ਹੀ ਰਹਿ ਗਿਆ ਅਤੇ ਉਹਨਾਂ ਨੂੰ ਆਪਣੇ ਇਲਾਕੇ ਵਿੱਚ ਭਾਰੀ ਨੁਕਸਾਨ ਦੇ ਬਾਅਦ ਵਾਪਸ ਜਾਣਾ ਪਿਆ। ਜਿੱਥੇ ਇੱਕ ਪਾਸੇ 21 ਸਿੱਖ ਸ਼ਹੀਦ ਹੋਏ, ਉੱਥੇ ਦੂਜੇ ਪਾਸੇ 600-700 ਪਠਾਨ ਮਾਰੇ ਗਏ। But 30 odd Indian orders of merit also given to those who fought at Fort Gulistan and Lockhart. Post-independence, it became quite difficult to commemorate because it seemed to be an Indian thing. It seemed to be a foreign battle honour and a foreign battle. Bringing it back onto the agenda in Britain, I think, is quite important. It not only connects Sikhs to Great Britain, where I'm a third generation British Sikh, but it also says a lot about British history and where we've come from. And if we're trying to look through to the future and inspire younger generations to serve, not just in the armed forces, but in public life generally, I think these sorts of commemorations. ਇਹਨਾਂ 21 ਸਿੱਖ ਫੌਜੀਆਂ ਦੀ ਬਹਾਦਰੀ ਅਤੇ ਸ਼ਹੀਦੀ ਨੂੰ ਸਲਾਮ ਕਰਦਿਆਂ ਹੋਇਆਂ ਬ੍ਰਿਟਿਸ਼ ਪਾਰਲੀਮੈਂਟ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ।